सब्सक्राइब करो NC7 न्यूज नू ते लेटेस्ट अपडेट पाउन ले प्रेस करो बेल आइकन। इस वेले दी वड्डी खबर लुधियाना च कोरोना दी नेगेटिव रिपोर्ट बनाउन दे गोरख धंधे दा पर्दाफाश होया है। इस गोरख धंधे दा एक वायरल ऑडियो क्लिप सामने आया है। एक प्राइवेट डॉक्टर वालों 1500 रुपए च कोरोना दी फर्जी फिटनेस रिपोर्ट बनाई जा रही है, जिसका ऑडियो क्लिप भी वायरल होया। इस पूरे मामले ते प्राइवेट डॉक्टर दा की कहना है, वो भी तुहानू विखावांगे। पहला जरा तुसी भी ध्यान नाल सुनो ए वायरल ऑडियो। हेलो, हां जी डॉक्टर पीएस गुलाटी जी जी बोल रहा हूं। ਭਾਜੀ ਮੈਂ ਪਰਮ ਦੀ ਗੱਲ ਕਰ ਰਿਹਾ, ਤੁਹਾਡੇ ਮੈਂ ਇੱਥੇ ਹੀ ਬੈਠਾ ਸੀਗਾ ਹੋਸਪਿਟਲ ਹੀ। ਹਾਂ ਤੇ ਸਰ ਇੱਕ ਨਾ ਪਾਸ ਬਣਾਉਣਾ ਸੀਗਾ ਅਸੀਂ, ਉਹ ਸਰ ਕਹਿੰਦੇ ਵੀ ਤੁਹਾਡੇ ਨਾਲ ਗੱਲ ਕਰ ਲਓ। ਕਾਹਦਾ ਪਾਸ ਬਣਾਉਣਾ ਭਾਜੀ? ਜਿੱਦਾਂ ਅਸੀਂ ਬਾਹਰ ਜਾਣਾ, ਘੁੰਮਣ ਜਾਣਾ ਵਾ, ਤੇ ਉਹਦੇ ਲਈ ਜਿਵੇਂ ਅਸੀਂ 3-4 ਜਣਿਆਂ ਨੇ ਜਾਣਾ, ਤੇ ਉਹ ਭਾਜੀ 4 ਬੰਦੇ ਅਸੀਂ ਜਾਣਾ, 4 ਬੰਦਿਆਂ ਨੇ। ਅੱਛਾ, ਹਾਂਜੀ। ਇੱਕ ਤੁਹਾਡੇ ਕੋਲ ਆਪਣਾ ਆਈ ਡੀ ਪਰੂਫ ਹੋਣਾ ਚਾਹੀਦਾ। ਠੀਕ ਹੈ ਜੀ, ਆਈ ਡੀ ਪਰੂਫ। ਹਾਂ, ਇੱਕ ਤੁਹਾਡਾ ਰਿਪੋਰਟ ਜਿਹੜੀ ਕਹਿੰਦੇ ਬੰਦੀ ਹੁੰਦੀ ਹੈ ਯਾਰ, ਰਿਪੋਰਟ ਬਣਾ ਦਿਆਂਗੇ ਜਿਹੜੀ, ਉਹ ਕੀ ਨੈਗੇਟਿਵ ਵਾਲੀ ਕੀ ਨਾਮ ਹੈ, ਸਭ ਕੁਛ ਕਰ ਦਿਆਂਗੇ। ਅੱਛਾ ਅੱਛਾ, ਹੋ ਜਾਏਗਾ ਭਾਜੀ। ਚਲੋ ਤੇ ਭਾਜੀ, ਸਾਰੇ ਬੰਦੇ ਆਣੇ ਵੈਲਿਡ ਆ ਇੱਥੇ, ਜਾਂ ਮਤਲਬ ਅਸੀਂ 2 ਜਣੇ ਪ੍ਰੂਫ ਲੈ ਆਈਏ ਉਹਨਾਂ ਦਾ ਤਾਂ ਬਣ ਜੂਗਾ? 2 ਜਣੇ ਲੈ ਕੇ ਆ ਜਾਓ, ਤੇ ਅੱਜ ਬਣੇਗਾ, ਅੱਜ ਨਹੀਂ। ਹਾਂਜੀ ਹਾਂਜੀ, ਅੱਜ ਤੁਸੀਂ ਪੈਸੇ ਜਮ੍ਹਾਂ ਕਰਾ ਦਿਓ ਮੇਰੇ ਕੋਲ, ਫਾਰਮ ਆਪਣਾ ਫੋਟੋ ਦੇ ਜਾਓ। ਠੀਕ ਹੈ ਜੀ, ਨਾਮ ਫੋਟੋ ਦੇ ਪਿੱਛੇ ਆਪਣਾ ਲਿਖ ਦਿਓ, ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਦੇ ਦਿਓ। ਠੀਕ ਹੈ ਜੀ, ਤੇ ਕੱਲ੍ਹ ਤੁਹਾਨੂੰ ਮਿਲੂਗਾ, ਮਤਲਬ ਜੀ ਅੱਜ ਦੇ ਕੇ ਜਿੰਨਾ ਤੁਸੀਂ ਕਹਿੰਦੇ ਕੱਲ੍ਹ ਮਿਲੂਗਾ, ਹੈ ਨਾ ਜੀ? ਹਾਂ, ਜਾਣਾ ਕਦੋਂ ਹੈ ਭਾਈ? ਬਸ ਅਸੀਂ ਨਿਕਲਣਾ ਵੀਕਐਂਡ ਤੇ ਹੀ, ਸੈਟਰਡੇ ਹੀ ਨਿਕਲਣਾ ਭਾਜੀ। ਸ਼ਾਮ ਤੱਕ ਮਿਲ ਜਾਵੇ, ਉਹ ਵੀ ਕੋਈ ਦਿੱਕਤ ਨੀ ਹੈ। ਤੁਸੀਂ ਪੈਸੇ ਜਮਾ ਕਰਾ ਜਾਓ, ਆਪਣੇ ਆਈ ਡੀ ਪਰੂਫ ਦੇ ਦਿਓ, ਉਹਦੀ ਫੋਟੋ ਕਾਪੀ ਤੇ ਨਾਲ ਫੋਟੋ, ਇੱਕ ਫੋਟੋ, ਸਾਰੇ ਦੀ ਫੋਟੋ ਦੇ ਵਿੱਚ ਆਪਣਾ ਨਾਮ ਲਿਖ ਦਿਓ। ਚਲੋ ਠੀਕ ਹੈ ਭਾਜੀ, ਮੈਂ ਇੱਕ ਵਾਰੀ ਦੋਸਤਾਂ ਨਾਲ ਗੱਲ ਕਰਨਾ, ਉਹਨਾਂ ਨੇ 500 ਹਿਸਾਬ ਨਾਲ ਦੱਸਿਆ, ਇੱਕ ਵਾਰੀ ਉਹਨਾਂ ਨੂੰ ਦੱਸਦਾ 1500 ਰੁਪਏ ਲੱਗਣਗੇ। ਗੱਲਾਂ ਕਰ ਲਓ। ਹਾਂਜੀ ਹਾਂਜੀ, ਉਹਨਾਂ ਨੂੰ ਕਹੋ ਜਿਹੜੀ ਰਿਪੋਰਟ ਲੱਗਣੀ ਹੈ ਉਹਦੀ ਕਰੋਨਾ ਦੀ, ਹਾਂਜੀ ਹਾਂਜੀ, ਉਹਦੇ ਵਿੱਚ 1000 ਰੁਪਏ ਤਾਂ ਉਹਨੇ ਲੈਣ ਵਾਲੇ ਨੇ ਲੈਣਾ। ਠੀਕ ਹੈ ਭਾਈ, ਠੀਕ ਹੈ ਠੀਕ ਹੈ ਜੀ, ਠੀਕ ਹੈ। 500 ਰੁਪਏ ਮੈਡੀਕਲ ਦਾ ਲੈਣਾ। ਚਲੋ, ਜਿਹੜੀ ਤੁਹਾਡੀ ਫੀਸ ਹੈ ਭਾਜੀ, ਹੈ ਨਾ? ਹਾਂ ਚਲੋ, ਠੀਕ ਹੈ ਸਰ, ਠੀਕ ਹੈ, ਥੈਂਕ ਯੂ ਜੀ। ਤੇ ਜਾਓ ਗੱਲ ਕਰ ਲਓ, ਫਿਰ ਜਮ੍ਹਾਂ ਕਰਾ ਦਿਓ, ਤੇ ਫਿਰ ਤੁਹਾਨੂੰ ਕੱਲ ਵੀ ਨੀ ਪਰਸੋਂ ਦਾ ਚੋਰ ਮਿਲ ਜਾਏਗਾ। ਚਲੋ ਠੀਕ ਹੈ ਸਰ, ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਵੀਰ ਜੀ। ਆਪਣਾ ਫੋਨ ਨੰਬਰ ਨਾਲ ਦੇ ਕੇ ਜਾਣਾ। ਠੀਕ ਹੈ ਸਰ, ਠੀਕ ਹੈ ਜੀ, ਹਜ਼ਾਰ ਰੁਪਏ ਲੈਂਦਾ ਹੋਣਾ, ਤੋ ਅਸੀਂ ਕਹਿੰਦੇ ਕਰਾ ਲਓ, ਅਸੀਂ ਜਿਹੜਾ ਫਾਈਨਲ ਜਿਹੜਾ ਲਿਖ ਕੇ ਜਾਵਾਂਗੇ ਉਹਦੇ ਅਸੀਂ 500 ਰੁਪਿਆ ਫੀਸ ਲੈਂਦੇ ਹੁੰਦੇ। ਉਹ ਪੂਰੀ ਗੱਲ ਕਲੀਅਰ, ਫੋਨ ਤੇ ਇੰਨੀ ਲੰਬੀ ਚੌੜੀ ਗੱਲ ਤਾਂ ਕੀਤੀ ਨਹੀਂ ਜਾ ਸਕਦੀ, ਤਾਂ ਕਰਕੇ ਤੁਹਾਨੂੰ ਫਰਕ ਲੱਗ ਰਿਹਾ। ਸਾਡੇ 4 ਮਿੰਟ ਤੁਹਾਡੀ ਉਸ ਬੰਦੇ ਨਾਲ ਪ੍ਰੋਪਰ ਗੱਲ ਹੋਈ ਹੈ ਸਰ, ਔਰ ਤੁਸੀਂ ਉਹਨੂੰ ਬਕਾਇਦਾ ਵੀ ਪੁੱਛਿਆ ਵਾ ਘੁੰਮਣ ਜਾਣਾ ਹੈ, ਕਿਉਂ ਜਾਣਾ ਹੈ, ਸਮਥਿੰਗ। ਇਹ ਤਾਂ ਅਸੀਂ ਪੁੱਛ ਲੈਂਦੇ ਕਿ ਤੈਨੂੰ ਚਾਹੀਦਾ, ਕਦੋਂ ਅਸੀਂ ਚਾਹੀਦਾ, ਕਿੱਥੇ ਜਾਣਾ ਹੈ, ਉਹ ਅੱਜ ਪੁੱਛ ਲੈਣ ਹੁੰਦੇ ਹਾਂ। ਤੇ ਦੱਸੋ ਤੁਸੀਂ, ਅਸੀਂ ਪ੍ਰਾਈਜ਼ ਦੋ ਕਰੋਨਾ ਦੀ ਰਿਪੋਰਟ ਦਿਓ? ਨਹੀਂ ਜੀ ਨਹੀਂ। ਫਿਰ ਤੁਸੀਂ ਜਿਹੜੇ ਬੰਦੇ ਨਾਲ ਗੱਲ ਕੀਤੀ ਹੈ ਵੀ 2 ਬੰਦੇ ਆਓ ਤੇ 4 ਦੀ ਰਿਪੋਰਟ ਬਣਾ ਦੇਗਾ? ਨਹੀਂ, ਇਹ ਨਹੀਂ ਨਹੀਂ, 2 ਤੋਂ 4 ਮੈਂ ਨਹੀਂ ਹੋ ਸਕਦਾ। ਰਿਕਾਰਡਿੰਗ ਦੇ ਵਿੱਚ ਕਹਿ ਰਹੇ ਹੋ ਕਿ ਮੈਂ ਵੀ ਲੋੜ ਨਹੀਂ ਹੈ, ਤੁਹਾਡੀ ਆਵਾਜ਼ ਹੈ, ਤੁਹਾਡੀ ਨੰਬਰ ਹੈ,
देखो मैं दोपहर का टाइम रेस्ट का टाइम आता उस वे सुधरते किसी गल गई होनी है और मैं अपने वालों इंटेंशन तो मैं कह नहीं सकता इस तरह। उधर इस संबंधी सहायक सिविल सर्जन बलविंदर सिंह ने कहा कि इस मामले की जांच करवाई जाएगी। प्राइवेट डॉक्टर होंगे जिम्मे गलिया या किसी इलाकों के डॉक्टर होंगे वो यह फिटनेस सर्टिफिकेट योजे करोना की गल कर सकते हैं भी मैं तुम्हें नैगेटिव करता या पॉजिटिव करता। नहीं वैसे जिहड़ियां साडियां गौरमेंट दीआं हदायतां दे मुताबक जो लैब अथोराइज ने जिवें साडे गौरमेंट इंस्टीट्यूट हैगे आ जिवें लोकल अपने सिविल हस्पताल लुधियाणा मैरिटोरियस स्कूल ते नाल वर्धमान वगैरह ठीक है ना जी। बाकी जिहड़ियां अपने ICMR दी गाइडलाइन दे मुताबक अपने को CMC हॉस्पिटल ते DMC हॉस्पिटल वगैरह अथोराइज हैगे ने। जिहड़ा भी कोई प्राइवेट तुसीं मेरे ध्यान च लिआंदा हैगा असी किसी इस तरह के डॉक्टर ने कोई इस तरह की अपने अथोराइज नहीं किया है। सर जो लुधियाने के फरीदगंज इलाके एक गुलाकी हस्पता है उत्थे जो डॉक्टर ने वो सीधे तौर पर लोगों को रिपोर्टा तैयार करके दे रहे हैं और 1500 रुपए के रिपोर्ट दे रहे हैं भी चाहे बंदा उत्थे जाए चाहे ना जाए उन्होंने नैगेटिव रिपोर्ट तैयार कर रहे हैं। देखो जी जे भी ये किसी ना ले रहे हो जे वो कर रहे हैं दैट इज़ वेरी अनएथिकल क्योंकि जो भी अपने MCA की गाइडलाइन के मुताबिक है अपन एथिकल प्रैक्टिस करनी चाहिए आ जो कोई गलत करते हैं तो वो खिलाफ बनती कार्रवाई ढुकवीं कार्रवाई जो भी गौर गाइडलाइन के मुताबिक करांगे। पर मैं यही मतलब सारे अपने जिले लुधियाणा के नागरिकों पंजाबियों सारियां यही बेनती करता है भी साढ़े को लगातार मतलब फ्री ऑफ टेस्ट एक टेस्ट हो रहे हैं तुम्हें लोड़ ही नहीं प्राइवेट लैब जाने की तुम साढ़े सिविल हस्पताल जाओ साढ़े उत्थे टीमां गठित नेगियां सवेरे भी टेस्ट होंगे शाम को भी होंगे मैरिटोरियस स्कूल हैगा तो बाकी साढ़िया मोबाइल टीमां डोर टू डोर जाके हर जगह जाके सैंपलिंग कर दियां ने जिवें जिहड़े भी अपने एरिया दे विच ज़्यादा यह करोना की महामारी का स्प्रैड हो जाता असी उत्थे भी मोबाइल टीमां अज भी असी दो टीमां मोबाइल गईयां ने जिहड़ियां तीन चार जगह यह सैंपलिंग करके आणगियां।